ਉਹਨੇ ਟੈਨਸ਼ਨਾਂ ਪਈਆਂ, ਰੋਟੀਆਂ ਸਾਰੀਆਂ ਗੱਲਾਂ ਖੋਟੀਆਂ। ਇਹ ਤਾਂ ਜਿਹੜੀ ਬੜੀ ਆਦਮੀ ਬੈਠੇ ਆ ਕੇ ਇਹਦਾ ਸਭ ਕੰਮ ਹਫ਼ਤੇ ਦੇ ਐਤਵਾਰ ਨੂੰ ਗਿਣ ਜਾਂਦੇ, ਮੇਰੇ ਖਿਆਲ ਕਰਕੇ ਕਿਹੜਾ ਦਿਨ ਆਜੀ। ਜਦ ਦੇਖੋ ਕੁੱਤੀ ਨਾਲ ਰੋਟੀਆਂ ਪਾ ਕੇ ਮੱਕਾ ਮਦੀਨਾ ਚੜ੍ਹ, ਮਦੀਨਾ ਆਦਮੀ ਨਹੀਂ ਨਾ, ਇੱਕੋ ਤੁਸੀਂ ਮੰਦਰ ਨੂੰ ਕਹਿੰਦੇ ਹਨ, ਅੱਜ ਕੋਲ ਸਾਡਾ ਮੰਦਰ ਹੈਗਾ, ਇਹ ਮੰਦਰ ਇੱਥੋਂ ਉੱਠ ਕੇ ਚਲਾ ਜਾਵੇ ਦੂਸਰੀ ਜਗ੍ਹਾ। ਦਿਆ ਦੇ ਵਿੱਚ ਕਿਤਨੀ ਸ਼ਕਤੀ ਹੈ, ਦਿਆ ਫਿਰ ਸਿੱਧ ਕਸਾਈ ਕਹਿੰਦੇ, ਸਿੱਧ ਜਿਹੜਾ ਜੋਗੀ ਹੈ ਜੇ ਉਹਦੇ ਚਿੱਤ ਵਿੱਚ ਦਿਆ ਨਹੀਂ ਉਹਨੂੰ ਕਸਾਈ ਸਮਝਣਾ ਚਾਹੀਦਾ। ਕਹਿੰਦੇ ਮੰਦਰ ਕਾਦੇ ਮਾਜੇ ਦਿਖਾ ਦੇ, ਮੰਦਰ ਕਾਦੇ ਮਾਜੇ ਦਿਖਾ ਦੇ, ਕਾਦੇ ਜੋ ਰਹਿੰਦਾ ਉਹ ਇੱਕ ਬੰਦੇ ਦਾ ਮਨ ਨਾ ਸਾਰੀ ਉਹਦੇ ਵਿੱਚ ਸਤਿਗੁਰ ਰਹਿੰਦਾ। ਸਤਿਗੁਰ ਰੱਬ ਤੋਂ ਕਹਿੰਦੇ ਨੇਗੇ, ਸਤਿਗੁਰ ਕੋਈ ਹੋਰ ਨਹੀਂ ਹੁੰਦਾ, ਉਹ ਪਰਮਾਤਮਾ ਨੂੰ ਸਤਿਗੁਰ ਕਹਿੰਦੇ। ਜੇ ਆਪਣੇ ਆਪ ਨੂੰ ਜਾਣ ਲਿਆ ਉਹ ਹੀ ਰੱਬ ਬਣਗੇ, ਸਿੱਧਾ ਦੇਖਾ ਹੀ ਤੇ ਰੋਲਾ ਕੋਈ ਹੈ ਨਹੀਂ। ਆਪਣੇ ਆਪ ਨੂੰ ਜਾਣਨਾ ਹੀ ਪਰਮਾਤਮਾ ਹੈ, ਆਪਣੇ ਆਪ ਨੂੰ ਭੁੱਲ ਜਾਣਾ ਇਹ ਜੀਵ ਹੈ। ਜਿਹਦੇ ਤੋਂ ਮੋਟੇ ਫੇਰ ਜਾਣ ਗਏ ਮੋਟੇ ਫੇਰ ਆਪਣ ਜਾਊਗੀ। ਸਾਰੇ ਬਾਣੀ ਜੀ ਕਹਿੰਦੇ ਸਾਹਿਬ ਸੇ ਸੁਣਨਾ ਬਿਆ, ਸਾਹਿਬ ਸੇ ਸੁਣਨਾ ਬਿਆ, ਅਜਨ ਬੰਦ ਕੀ ਸ਼ਾਜ, ਸੁਣਨਾ ਬਿਆ ਚਵਾੜ ਕਾ ਮੂੰਹ ਮੈਂ ਚੱਲ ਰਹੇ ਹਾਜ। ਕਹਿੰਦੇ ਸਾਹਿਬ ਸੇ ਸੁਣਨਾ ਕੁੱਤਾ ਬਣ ਗਿਆ, ਕੁੱਤਾ ਵੀ ਉੱਥੇ ਦਾ ਬਣਿਆ ਜਿੱਥੇ ਬੜੇ ਹੋਏ ਪਸ਼ੂਆਂ ਦੇ ਹੱਡ ਹੁੰਦੇ ਹਨ, ਜਿੱਥੇ ਮਰੇ ਹੋਏ ਪਸ਼ੂਆਂ ਦਾ ਚਮੜਾ ਲੈਂਦਾ ਹੈ। ਸਾਹਿਬ ਸੇ ਸੁਣਨਾ ਬਿਆ ਕਿਉਂ ਪਿਆ, ਭਜਨ ਬੰਦ ਕੀ ਸ਼ਾਜ, ਸੁਣਨਾ ਬਿਆ ਚਵਾੜ ਕਾ ਮੂੰਹ ਮੈਂ ਚੱਲ ਰਹੇ ਹਾਜ। ਕਹਿੰਦੇ ਹੋਏ ਸੁਣਿਆ ਹੋਵੇਗਾ, ਹੋਏ ਸਿੱਧੇ ਹੋਊਗਾ। ਕਹਿੰਦੇ ਨਾ, ਅਗਰ ਇਹਨੂੰ ਕੋਈ ਸਲਾਹਕਾਰ ਮਿਲ ਜਾਵੇ ਚੰਗਾ, ਇਹਦੀ ਗੱਲ ਪਰ ਵਿਸ਼ਵਾਸ ਕਰ ਲਵੇ ਤਾਂ ਮੁੜ ਕੇ ਪਰਮਾਤਮਾ ਬਣ ਜਾਊਗਾ। ਕਿਵੇਂ ਬਣੂਗਾ? ਕਹਿੰਦੇ ਯਹਾਂ ਲੱਗ ਨੀਚੇ ਕਰਮ ਹੈ, ਵਹਾਂ ਲੱਗ ਉੱਚਾ ਧਾਮ, ਸੁਨਾ ਸਾਹਿਬ ਹੋਤਾ ਜੋ ਬਹੁਤ ਸੰਭਾਲੇ ਨਾਮ, ਸੁਨਾ ਸਾਹਿਬ ਹੋਤਾ ਹੈ ਜੋ ਬਹੁਤ ਸੰਭਾਲੇ ਨਾਮ। ਮੁੜ ਕੇ ਉਸੇ ਪਰਮਾਤਮਾ ਵੱਲ ਚੁੱਕ ਜਾਵੇ ਉਹ ਕੁੱਤਾ, ਜਦ ਪਰਮਾਤਮਾ ਬਣ ਸਕਦਾ ਹੈ। ਅਸੀਂ ਚੰਗੇ ਭਜੇ ਹਾਂ, ਪੜ੍ਹੇ ਲਿਖੇ ਹਾਂ, ਦੂਸਰੇ ਨੂੰ ਦੱਸਦੇ, ਆਪਣੇ ਨਹੀਂ ਆਉਂਦਾ ਦੂਜੇ ਤੇ ਪੁੱਛ ਸਕਦੇ ਹਾਂ, ਜਾਂ ਕੁੱਤਾ ਪਰਮਾਤਮਾ ਬਣ ਸਕਦਾ ਤਾਂ ਅਸੀਂ ਕਿਉਂ ਨਹੀਂ ਬਣ ਸਕਦੇ? ਉਹ ਸਾਡੇ ਅੰਦਰ ਤਾਂ ਮਲ ਭਰਿਆ ਪਿਆ, ਜ਼ਹਿਰ ਭਰੀ ਪਈ ਹੈ। ਸਾਨੂੰ ਤਾਂ ਕਿਹਦੀ ਗੱਲ ਜ਼ਿੰਦਗੀ ਹੈ ਜੀ, ਅਸੀਂ ਤਾਂ ਉਹਦੀ ਗੱਲ ਨੂੰ ਸੁਣ ਕੇ ਹਾਸੀ ਕਰਦੇ ਹਾਂ, ਕਈ ਮਜ਼ਾਕਾਂ ਕਰਦੇ ਨੇ ਜੀ। ਇਹ ਗੱਲ ਹੈ ਜੀ, ਜੇ ਇਨਸਾਨ ਬਣੇ ਹੋ। ਮੈਂ ਇੱਕ ਗੱਲ ਕਹਿ ਕੇ ਗੱਲ ਨੂੰ ਖਤਮ ਕਰਨ ਲੱਗਾ, ਬਾਕੀ ਜਿਹੜੇ ਫੇਰਾਲ ਦਾ ਪ੍ਰੋਗਰਾਮ ਉਹ ਇਹਨਾਂ ਦੇ ਹੱਥ ਦੀ ਗੱਲ ਮਰਜ਼ੀ ਕਰ ਦੇਣਗੇ। ਮੈਂ ਕਿਹਾ ਕਰਦਾ ਵੀ ਜਿਹੜੇ ਮੁਸ਼ ਬੰਦ ਕਰਦੇ ਕਰਜ਼ਾ ਦੀ ਉਦਾਸੀ ਨਹੀਂ ਕਰਦੇ, ਮੈਂ ਉਹਨਾਂ ਨੂੰ ਰੱਬ ਤੇ ਬਹੁਤ ਮੰਗਣੀ ਚਾਹੀਦੀ, ਹੋਰ ਕੁਛ ਨਹੀਂ ਮੰਗਣਾ ਚਾਹੀਦਾ। ਮਾੜੇ ਆਦਮੀ ਜਿੰਨਾ ਚਿਰ ਦੁਨੀਆਂ ਵਿੱਚ ਜੀਵਣਗੇ ਉਨੇ ਲੋਕਾਂ ਨੂੰ ਸੁੱਖ ਦੇਣਗੇ, ਉਨੇ ਨਰਕ ਵੱਧਦਾ ਚਲਾ ਜਾਊਗਾ। ਚੰਗੇ ਆਦਮੀ ਜਿੰਨਾ ਦੁਨੀਆਂ ਵਿੱਚ ਜੀਵਣਗੇ ਲੋਕਾਂ ਨੂੰ ਸੁੱਖ ਦੇਣਗੇ, ਉਨਾ ਹੀ ਉਹਨਾਂ ਦਾ ਸੁਰਗ ਵੱਧਦਾ ਚਲਾ ਜਾਊਗਾ। ਮੈਂ ਹੋਰ ਕੁਛ ਵੀ ਨਹੀਂ ਕਰ ਸਕਦੇ, ਆਪਣੇ ਬਾਗਿਆਂ ਦੀ ਅਦਾਗੀ ਨਹੀਂ ਕਰ ਸਕਦੇ, ਤਾਂ ਸਾਨੂੰ ਰੱਬ ਤੇ ਬਹੁਤ ਮੰਗਣੀ ਚਾਹੀਦੀ। ਅੱਛਾ, ਜੇ ਰੱਬ ਨਹੀਂ ਮੌਤ ਦਿੰਦਾ ਫਿਰ ਆਪਣੇ ਆਪ ਹੀ ਮਰ ਜਾਣਾ ਚਾਹੀਦਾ, ਕਿ ਰੱਬ ਆ ਜਾ ਕੇ ਮਰ ਜਾਏ ਉਹਦਾ ਵੀ ਨਰਕ ਵੀ ਜਾਂਦਾ। ਆਵਾਜ਼ਾਂ ਮਾਰੀਆਂ ਚੱਕੋ ਸਬਰ ਵੀ ਅਬਦਾਮੀਆਂ ਨਾਲ ਰੱਖੀ ਜਾਂਦੀਆਂ, ਉੱਪਰ ਕੋਈ ਖੂਹ ਵਿਸ਼ਾਲ ਮਾਰ ਦਿੰਦੀ, ਕੋਈ ਕੋਈ ਮਿੱਟੀ ਦਾ ਸਿਰ ਸਿੱਟ ਲੈਂਦੀ, ਇਹ ਸਭ ਇਹ ਤਾਂ ਫੁੜ ਕੇ ਸਰੀਰ ਹੀ ਮਿਲਣਾ ਉਹਨਾਂ ਨੂੰ, ਜੇ ਲੈਂਦਾ ਮਰ ਜਾਏ ਉਹਨਾਂ ਨੂੰ ਫਿਰ ਸਰੀਰ ਨਹੀਂ ਮਿਲਣਾ। ਗੱਲਾਂ ਜੀ ਦੇ ਵਿੱਚ ਜਿੱਥੇ ਸਾਡੇ ਹੱਗ ਪਾਏ ਗਏ ਸਾਡੇ ਸਵਰਗ ਨੂੰ ਲੈ ਜਾਂਦੇ ਹਨ, ਗੰਗਾ ਜੀ ਦੇ ਵਿੱਚ ਸਾਡੇ ਹੱਥ ਜਾਂਦੇ ਹਨ, ਉਹ ਸਵਰਗ ਦੇ ਭਾਗੀ ਬਣ ਜਾਂਦੇ ਹਨ। ਉਹ ਜੇ ਫਿਰ ਜਾ ਕੇ ਸਾਲ ਮਾਰੋ ਜਾਂ ਫਿਰ ਆਪਣਾ ਆਪਣਾ ਫਰਜ਼ ਅਦਾ ਕਰੋ, ਸਮਝੋ ਮਾਂ ਨੂੰ ਮਾਂ ਸਮਝੋ, ਪਤੀ ਨੂੰ ਪਤੀ ਸਮਝੋ, ਸੱਸ ਨੂੰ ਸੱਸ ਸਮਝੋ, ਸਹੁਰੇ ਨੂੰ ਸਹੁਰਾ ਸਮਝੋ, ਬੜਿਆਂ ਨੂੰ ਬੜੇ ਸਮਝੋ, ਛੋਟਿਆਂ ਨੂੰ ਛੋਟੇ ਸਮਝੋ। ਜੋ ਸਾਫ ਸੁਸ਼ੀਰ ਮੈਂ ਸਮਝੇ ਜਾਏ ਦੇਖਦੇ, ਲੇਕਿਨ ਅੱਖੀ ਵੀ ਦੇਖੀ ਹੈ ਪਰ ਕੋਈ ਸਾਨੂੰ ਇੱਦਾਂ ਦਾ ਨਹੀਂ ਦਿਖਦਾ ਜਿਹਨੇ ਕਿਸੇ ਗੱਲ ਤੋਂ ਕੋਈ ਫੈਸਲਾ ਕੀਤਾ ਹੋਵੇ। ਉਹਦੇ ਚ ਸਿਰਫ ਮਰਜ਼ਾਦਾ ਦੱਸੀ ਹੈ, ਪਿਤਾ ਕਿੱਦਾਂ ਦਾ ਹੋਣਾ ਚਾਹੀਦਾ, ਕੁਛ ਕਿੱਦਾਂ ਦਾ ਹੋਣਾ ਚਾਹੀਦਾ, ਰਾਜਾ ਕਿੱਦਾਂ ਦਾ ਹੋਣਾ ਚਾਹੀਦਾ, ਪਰਜਾ ਕਿੱਦਾਂ ਦੀ ਹੋਣੀ ਚਾਹੀਦੀ, ਗੁਰੂ ਕਿੱਦਾਂ ਦਾ ਹੋਣਾ ਚਾਹੀਦਾ, ਸ਼ਿਸ਼ ਕਿੱਦਾਂ ਦਾ ਹੋਣਾ ਚਾਹੀਦਾ, ਜਾਗਦੇ ਸੋਵੇ ਪਏ ਨੂੰ ਫਿਰ ਧਿਆਨ ਰੋਟੀਆਂ ਵਾਲਾ ਗਿਆ ਹੋਣਾ, ਫਿਰ ਪਸ਼ੂਆਂ ਵੱਲ ਗਿਆ ਹੋਣਾ, ਕਹਿੰਦੇ ਉਹਨਾਂ ਚੱਕਾ ਤੇ ਖੁੱਲੇ ਮਰ ਗਈ ਕਿੱਦਾਂ ਆ ਕੇ ਫਸ ਗਿਆ। ਰੱਖ ਲਓ ਰੱਖ ਦੋ ਫਲ ਗਏ ਤਾਂ ਫਲ ਗਏ।
پہلے کوئی ہریدوار چلا گیا وہ پانی جنگا کر کے نکال دیں گے پہلے بار چکی پھر ادھر کی ہوا چل کے کمانا پہلا وہ کہنے تھے گو جی پیسے رکھے تھے ایسے وہ دے رکھے تھے وہ دے رکھے تھے وہ دے رکھے پھر بعد کہتے ہوئے کہ کال چھٹ کی جائے کی کر دمن وہ چھٹ لال صاحب نے کہنا نام آپ کی بات کھانا ہوتا تمباکو ہو دوسرا چوٹ بولنا کہنے نہ کہنے پھر میں تو تھوڑا کپڑے پہلے نہیں کہیں گے ایک گل جی من لیں مننی پاؤ کہ بالکل مننی پاؤ پہلے پانچ ایک چار گل یار پڑھا کر پڑھ کو آؤں گا کٹھی بولو بندی چھوڑ